ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਸੁਲਤਾਨਪੁਰ ਲੋਧੀ ਵਿੱਚ ਵਿਆਪਕ ਪੱਧਰ ਤੇ ਪ੍ਰਬੰਧ ਕੀਤੇ ਜਾ ਰਹੇ ਨੇ। ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਪਰ ਇਸ ਦੇ ਉਲਟ SCPC ਤੇ ਸਰਕਾਰ ਦੇ ਵਿਚਕਾਰ ਪ੍ਰਬੰਧਾਂ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ SCPC ਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਚੱਲ ਰਹੀ ਗੁਰਬਾਣੀ ਦੇ ਪ੍ਰਸਾਰਣ ਲਈ ਗੁਰਦੁਆਰਾ ਸਭ ਤੋਂ ਲੈ ਕੇ 1 ਕਿਲੋਮੀਟਰ ਤੱਕ LED ਲਗਾਈ ਜਾ ਰਹੀ ਹੈ ਤਾਂ ਜੋ ਗੁਰਬਾਣੀ ਦੀ ਆਵਾਜ਼ ਹਰ ਇੱਕ ਤੱਕ ਪਹੁੰਚ ਸਕੇ। ਇਸ ਲਈ 12-13 ਫੁੱਟ ਉੱਚੇ ਪੋਲ ਤਿਆਰ ਕੀਤੇ ਜਾ ਰਹੇ ਨੇ, ਪਰ 9:30 ਦੇ ਬਾਅਦ ਨਗਰ ਕੌਂਸਲ ਦੇ ਅਧਿਕਾਰੀ JCB ਲੈ ਕੇ ਉਸਨੂੰ ਹਟਾਉਣ ਲਈ ਉੱਥੇ ਪਹੁੰਚ ਗਏ, ਜਿਸ ਦੇ ਵਿਰੁੱਧ SCPC ਦੇ ਸਟਾਫ ਨੇ ਉਸਦਾ ਵਿਰੋਧ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਭ ਨਵਤੇਜ ਚੀਮਾ ਜੋ ਕਿ ਸੁਲਤਾਨਪੁਰ ਲੋਧੀ ਦੇ MLA ਨੇ ਉਹਨਾਂ ਦੇ ਕਹਿਣ ਤੇ ਹੋ ਰਿਹਾ ਹੈ। LED ਸਕਰੀਨਸ ਲੱਗਣੀਆਂ ਜਿਹਦੇ ਉੱਤੋਂ ਸ਼ਬਦ ਗੁਰੂ ਦਾ ਪ੍ਰਚਾਰ, ਗੁਰਦੁਆਰਾ ਬੇਰ ਸਾਹਿਬ ਦੇ ਜਿੰਨਾ ਸਮਾਗਮ ਹੈ ਸਾਡਾ ਗੁਰਮਤਿ ਦਾ, ਉਹ ਸਮਾਗਮ ਜਾਣਾ, ਇਹ ਲਾਈਵ ਚੱਲੇਗਾ। ਜਿਹੜੀਆਂ ਸੰਗਤਾਂ ਸੜਕਾਂ ਦੇ ਉੱਤੋਂ ਚੱਲਣਗੀਆਂ, ਕਿਉਂਕਿ ਸਾਰੀਆਂ ਸੰਗਤਾਂ ਪੰਡਾਲ 'ਚ ਨਹੀਂ ਬੈਠਣਗੀਆਂ, ਸਾਰੀਆਂ ਸੰਗਤਾਂ ਨੇ ਕਦੇ ਕਿਸੇ ਗੁਰਦੁਆਰੇ 'ਚ ਮੱਥਾ ਟੇਕਣਾ, ਕਿਸੇ ਨੇ ਕੋਈ ਬਾਹਰ ਬੈਠਣਾ, ਕਿਸੇ ਨੇ ਰਸਤੇ 'ਚ ਜਾਣਾ। ਅਸੀਂ ਚਾਹੁੰਦੇ ਕਿ ਜਿਹੜਾ ਵੀ ਇੱਥੇ ਆਵੇ ਉਹਦੇ ਹਰ ਕੰਨ ਵਿੱਚ ਆਵਾਜ਼ ਜਿਹੜੀ ਉਹ ਬਾਣੀ ਦੀ ਪਵੇ, ਲੋਕ ਹੋਰ ਕੋਈ ਗੱਲ ਹੀ ਨਾ ਸੋਚ ਸਕਣ, ਹੋਰ ਕੋਈ ਗੱਲ ਹੀ ਨਾ ਕਰਨ, ਸੋ ਸ਼ਬਦ ਗੁਰੂ ਦੀ ਗੱਲ ਜਾਵੇ, ਗੁਰਬਾਣੀ ਦੀ ਗੱਲ ਜਾਵੇ, ਇਹੀ ਸਾਡਾ ਵਾਰ ਵਾਰ ਸੁਨੇਹਾ। ਇਹ ਅਸੀਂ LEDs ਲਾ ਰਹੇ ਸਕਰੀਨਸ ਕਿ ਹਰ ਪ੍ਰਾਣੀ ਜਿਹੜਾ ਲਾਈਵ ਜਿਹੜਾ ਪ੍ਰੋਗਰਾਮ ਹੈ ਉਹ ਇਹਦੇ ਤੋਂ ਦੇਖ ਸਕੇ। ਔਰ ਅਸੀਂ ਲਿਖ ਕੇ ਦੇ ਕੇ ਆਏ ਹਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿ ਡਿਪਟੀ ਕਮਿਸ਼ਨਰ ਸਾਹਿਬ, ਅਸੀਂ ਇੱਥੇ 16 ਕੁ ਗੇਟ ਲਾਉਣੇ ਆ ਲਾਈਟਾਂ ਵਾਲੇ, ਅਸੀਂ ਇੱਥੇ LEDs ਲਾਉਣੀਆਂ, ਅਤੇ ਤੁਸੀਂ ਇਹਦੇ 'ਚ ਕੋਈ ਰੁਕਾਵਟ ਨਾ ਬਣਾਇਓ, ਕਿਉਂਕਿ ਸੜਕਾਂ ਨੂੰ ਛੱਡ ਕੇ ਅਸੀਂ ਇੱਕ ਸਾਈਡ ਦੇ ਉੱਤੇ ਲਾਵਾਂਗੇ। ਪਰ ਅਫਸੋਸ ਹੈ ਕਿ ਇਹਨਾਂ ਨੇ ਰਾਤੀ ਆ ਕੇ ਇਹਨਾਂ ਦੇ ਅਧਿਕਾਰੀਆਂ ਨੇ ਉਹ ਲਿਆ JCB ਪਤਾ ਨਹੀਂ ਕੀ ਮਸ਼ੀਨਾਂ ਲਿਆ ਕੇ ਇੱਥੇ ਇਹਨਾਂ ਨੂੰ ਕਹਿਣ ਲੱਗੇ ਬੰਦ ਕਰ ਦਿਉ, ਅਸੀਂ ਪੜ੍ਹ ਦੇਣੇ ਹੈ। ਉਹ ਨਾਲ ਪ੍ਰਧਾਨ ਸੀਗਾ ਇੱਥੇ ਦਾ ਕਮੇਟੀ ਦਾ, ਅਤੇ ਇਹ ਤਕਲੀਫ ਜਿਹੜੀ ਪਤਾ ਨਹੀਂ ਕਿਉਂ ਹੋ ਰਹੀ ਹੈ, ਸਾਨੂੰ ਤਾਂ ਆਪ ਨਹੀਂ ਪਤਾ ਕਿ ਆਓ ਭਗਤ ਸੰਗਤ ਦੀ ਹੈ, ਸੰਗਤਾਂ ਵਾਸਤੇ ਅਸੀਂ ਕਾਰਜ ਕਰ ਰਹੇ ਹਾਂ, ਸੰਗਤਾਂ ਨੂੰ ਗੁਰਬਾਣੀ ਸੁਣਾ ਰਹੇ ਹਾਂ, ਇਹਨੂੰ ਗੁਰਬਾਣੀ ਵੀ ਨਹੀਂ ਚੰਗੀ ਲੱਗਦੀ। ਅਤੇ ਡਿਪਾਰਟਮੈਂਟ ਆਇਆ ਜੀ ਇੱਥੇ ਪ੍ਰਧਾਨ ਕਮੇਟੀ ਦਾ, ਨਾਲ 10-15 ਲੈ ਕੇ EO ਨੂੰ ਲੈ ਕੇ ਆ ਗਿਆ, ਬਸ ਜਾਣ ਕੇ ਹੀ ਉਹਨੂੰ MLA ਨੇ ਭੇਜਤਾ ਵੀ ਜਾਂ ਡਾਕੇ ਆ, ਇਹ ਨਹੀਂ ਲੱਗਣੀਆਂ ਚਾਹੀਦੀਆਂ ਸਕਰੀਨਾਂ, ਅਸੀਂ ਲਾਉਣ ਨਹੀਂ ਦੇਣੀਆਂ, ਇਹ ਤਾਂ ਤਕਲੀਫ ਉਹਨਾਂ ਨੂੰ ਪਤਾ ਨਹੀਂ ਕਹਿ ਦਈਏ, ਬਾਣੀ ਨਾ ਜਾਵੇ ਲੋਕਾਂ ਦੇ ਕੰਨਾਂ ਵਿੱਚ। ਇਹੀ ਕਾਰਨ ਸੀ ਕਿ ਅਸੀਂ ਇਹਨਾਂ ਨੂੰ ਤਰਲੇ ਪਾਏ ਸੀ ਵੀ ਤੁਸੀਂ ਸਾਰੇ ਜਾਣੇ ਆਓ, ਹੁਣ ਤਾਂ ਸਾਡੇ ਇਤਰਾਜ਼ ਹੀ ਕੋਈ ਨਹੀਂ, ਜੋ ਜੈਦਾਰ ਸਾਹਿਬ ਜੀ ਨੇ ਕਹਿ ਦਿੱਤਾ, ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸਭ ਨੂੰ ਸਰਵ ਪ੍ਰਵਾਨਿਤ ਹੈ, ਇਹਨਾਂ ਵੀ ਲਿਖ ਕੇ ਦਿੱਤਾ ਸੀ ਸਾਨੂੰ ਪ੍ਰਵਾਨਿਤ ਹੈ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਟੇਜ ਲਾਉਣੀ ਵੀ ਹੈ ਲਾ ਲਓ, 11-12 ਸਟੇਜ ਸਾਂਝੀ ਕਰ ਲਿਓ, ਅਤੇ ਜੇ ਇਹਨਾਂ ਸਟੇਜ ਲਾਉਣੀ ਲਾਉਣ ਵਾਸਤੇ ਦੱਕਦੇ ਨਹੀਂ, ਇਹ ਸਟੇਜ ਲਾਉਣ, LED ਲਾਉਣ, ਪਰ 1 ਕਿਲੋਮੀਟਰ ਦੇ ਵਿੱਚ ਜਿਹੜਾ ਸਾਡਾ ਕੰਪਲੈਕਸ ਹੈ ਉਹਦੇ 'ਚ ਦਖਲਅੰਦਾਜ਼ੀ ਨਾ ਕਰ। ਤੁਸੀਂ ਚੈੱਕ ਕਰ ਲਓ ਜੀ, ਜਿੰਨੇ ਪੋਲ ਲੱਗੇ ਹੈ ਇਹ ਸੜਕ ਸਾਈਡ ਦੇ ਉੱਤੇ, ਸੜਕ ਦੇ ਸਾਈਡ 'ਤੇ ਲਾਏ, ਔਰ ਜਿੱਥੇ ਜਿੱਥੇ ਇਹਨਾਂ ਦੇ ਬਿਜਲੀ ਦੇ ਪੋਲ ਲੱਗੇ ਹੈ, ਜਿੱਥੇ ਦਰਖਤ ਹੈ ਉਹਨਾਂ ਦੇ ਵਿਚਕਾਰ ਲਾਏ, ਜਾਂ ਤਾਂ ਇੱਥੋਂ ਲੰਘਾ ਕੋਈ ਦੱਸੋ, ਹੈਗਾ ਕੋਈ ਲੰਘਾ, ਇੱਥੋਂ ਲੰਘਾ ਹੀ ਕੋਈ ਨਹੀਂ, ਇੱਥੇ ਤਾਂ ਪੈਦਲ ਵੀ ਲੋਕ ਲੰਘ ਸਕਦੇ। ਜੇ ਸੜਕਾਂ ਦੇ ਉੱਤੇ ਜਿੱਥੇ ਦਰਖਤ ਲੱਗੇ ਆ, ਜਿੱਥੇ ਪੋਲ ਲੱਗੇ ਬਿਜਲੀ ਦੇ, ਜਾਂ ਤਾਂ ਦਰਖਤ ਵੀ ਵੱਢ ਦੇਣ, ਬਿਜਲੀ ਦੇ ਪੋਲ ਵੀ ਕਰ ਦੇਣ, ਅਸੀਂ ਵੀ ਕਰ ਦਿੰਦੇ। ਜਦ ਅਸੀਂ ਉਹ ਥਾਂ ਵਰਤ ਰਹੇ ਹਾਂ ਜਿਸ ਥਾਂ ਦਾ ਕੋਈ ਯੂਜ਼ ਹੀ ਨਹੀਂ, ਜਦੋਂ ਲੋਕਾਂ ਨੇ ਉੱਥੋਂ ਲੰਘਣਾ ਹੀ ਨਹੀਂ, ਤਾਂ ਫਿਰ ਤਕਲੀਫ ਕਾਹਦੀ? ਸਰਕਾਰ ਦੇ ਪ੍ਰਬੰਧ 'ਤੇ ਜੀ ਕੋਈ 0 ਨੇ ਜੀ। ਇੱਥੇ ਅਸੀਂ ਕਿਹਾ ਉਹਨਾਂ ਨੂੰ ਕਿ ਟੋਇਲਟ 'ਚ ਹੀ ਲਾ ਦਿਉ, 1 ਕਿਲੋਮੀਟਰ ਦੇ ਵਿੱਚ ਵੀ ਲੋਕ ਆਉਂਦੇ ਆ, ਬਜ਼ੁਰਗ ਆਉਂਦੇ ਆ, ਕਿਸੇ ਨੂੰ ਟੋਇਲਟ ਦੀ ਲੋੜ ਪੈ ਜਾਏਗੀ, ਉਹ ਨਹੀਂ ਲਾ ਸਕਦੇ ਹੋ, ਕਰਨਾ ਕੀ ਹੈ ਨਾ, ਸਾਰਾ ਆਪਣੀ ਸਟੇਜ ਦੇ ਦੁਆਲੇ ਦੁਆਲੇ ਲਾਈ ਜਾਂਦੇ ਆ, ਸਾਡੇ ਵਾਲੇ ਪਾਸੇ ਤਾਂ 1 ਟੋਇਲਟ ਨਹੀਂ ਨਾ ਲਾਇਆ, ਸੋ ਇਸ ਕਰਕੇ ਇਹਨਾਂ ਦੇ ਪ੍ਰਬੰਧ 'ਤੇ ਅਸੀਂ ਕੀ ਕਹਿ ਸਕਦੇ? ਕੋਈ ਨਹੀਂ ਜੀ, ਉਹ ਕੀ ਕਹਿੰਦੇ ਆ ਸਾਨੂੰ ਨਹੀਂ ਪਤਾ, ਅੱਜ ਤੱਕ ਤਾਂ DC ਸਾਹਿਬ ਨੇ ਕਿਹਾ ਵੀ ਸੜਕਾਂ ਦੇ ਪਾਸੇ ਲਾਓ, ਇਸ ਕੇ ਸੜਕਾਂ ਦੇ ਪਾਸੇ ਹੀ, ਹੁਣ ਅਸੀਂ ਤਾਂ ਸ਼ੁਰੂ ਕਰਤਾ ਕੰਮ, ਜਦੋਂ ਆਉਣਗੇ ਫਿਰ ਦੇਖਾਂਗੇ। ਉਧਰ ਨਵਤੇਜ ਸਿੰਘ ਚੀਮਾ ਨੇ ਬੀਬੀ ਜਗੀਰ ਕੌਰ ਦੇ ਲਾਏ ਇਲਜ਼ਾਮਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਸਭ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ਹੈ,
ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਇਸ ਪੂਰੇ ਮਾਮਲੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ। ਅੱਜ SGPC ਨੇ ਮੇਰੇ 'ਤੇ ਇਲਜ਼ਾਮ ਲਾਇਆ ਵੀ ਸਾਡੇ ਜਿਹੜੇ ਫੰਕਸ਼ਨ ਨੂੰ ਖਰਾਬ ਕਰਨਾ ਚਾਹੁੰਦਾ, ਔਰ ਸਾਡੇ ਜਿਹੜੇ ਇਹਨਾਂ ਦੇ ਕੋਈ ਬਾਂਸ ਲਾਏ ਆ ਜਿਹੜੇ ਇੰਟਰਲੋਕ ਟਾਈਲਾਂ ਦੇ ਉੱਪਰ, ਉਹਨਾਂ ਨੂੰ ਨਹੀਂ ਲੱਗਣ ਦੇ ਰਹੇ। ਇਹ ਕੰਮ ਜਿਹੜਾ ਮੈਂ ਦੱਸਣਾ ਚਾਹੁੰਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਆ, ਉਹਨਾਂ ਨੇ ਦੇਖਣਾ ਵੀ ਸੜਕਾਂ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਬਣੇ, ਔਰ ਜਿਹੜੇ ਲੱਖਾਂ ਲੋਕਾਂ ਦੀ ਆਮਦ ਹੋਣੀ ਆ ਉਹਨਾਂ ਲੋਕਾਂ ਨੂੰ ਕੋਈ ਤਕਲੀਫ ਨਾ ਆਵੇ। ਇਹ ਪ੍ਰਸ਼ਾਸਨ ਦਾ ਕੰਮ ਆ, ਸਾਰਾ ਕੁਛ ਉਹਨਾਂ ਦੇਖਣਾ, ਆਪਾਂ ਧਿਆਨ ਦੇਈਏ ਲੋਕਾਂ ਦੀ ਸੇਵਾ ਵੱਲ, ਔਰ ਲੰਗਰਾਂ ਦੇ ਵਿੱਚ ਕੋਈ ਤਕਲੀਫ ਨਾ ਆਵੇ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲੰਗਰਾਂ ਦੇ ਵਿੱਚ ਕੀਤਾ ਜਿਹੜਾ ਪ੍ਰਸ਼ਾਸਨ ਨੂੰ ਹੁਕਮ ਵੀ ਬਿਜਲੀ ਪਾਣੀ ਬਾਥਰੂਮ ਹਰ ਚੀਜ਼ ਜਿਹੜੀ ਸਹੂਲਤ ਫਰੀ ਦਿੱਤੀ ਜਾਵੇ, ਔਰ ਛੇਤੀ ਦਿੱਤੀ ਜਾਵੇ, ਉਹ ਦੇ ਰਹੇ ਸਾਰੇ। ਔਰ ਜਿਹੜਾ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਆਪਾਂ ਸਾਰਾ ਜਿਹੜਾ ਜਿੰਨਾ ਵੀ ਰੰਗ ਹੋਣ ਵਾਲਾ ਡਿਊੜੀ ਨੂੰ ਆਸੇ ਪਾਸੇ ਸਾਰਾ ਵਧੀਆ ਤਰੀਕੇ ਨਾਲ ਉਹ ਤੁਸੀਂ ਕਰੋ ਚੰਗੀ ਤਰ੍ਹਾਂ, ਔਰ ਬਾਹਰ ਜਿਹੜਾ ਸਫਾਈ ਹਰ ਚੀਜ਼ ਜਿਹੜੀ ਉਹਦਾ ਬੜਾ ਵਧੀਆ ਤਰੀਕੇ ਨਾਲ ਚੱਲ ਰਿਹਾ। ਸ਼ਹਿਰ ਦੇ ਵਿੱਚ ਕੰਮ ਡਸਟਬੀਨ ਲੱਗ ਗਏ ਆ, ਸਫਾਈ ਜਿਹੜੀ ਪੂਰੀ ਹੋ ਰਹੀ ਆ, ਕੋਈ ਕਿਸੇ ਤਰ੍ਹਾਂ ਦੀ ਜਿਹੜੀ ਤਕਲੀਫ ਨਹੀਂ ਲੋਕਾਂ ਨੂੰ ਆਉਣ ਦਿੱਤੀ ਜਾਊਗੀ। ਆਪਾਂ ਇਕੱਠੇ ਹੋ ਕੇ ਇਲਜ਼ਾਮ ਛੱਡ ਕੇ ਇਸ ਬੰਨੇ ਧਿਆਨ ਕਰੀਏ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।